ਨਸ਼ੇ ਤੋਂ ਬਾਅਦ ਇਸ ਸ਼ਖਸ ਨੂੰ ਮਿੱਠੇ ਦੀ ਤਲਬ ਲੱਗੀ ਤਾਂ ਇਸਨੇ ਚੁਰਾ ਲਈਆਂ ਚਾਕਲੇਟਾਂ। ਡੱਬੇ ਦੇ ਵਿੱਚ ਸਿਰਫ 4 ਚਾਕਲੇਟਾਂ ਸੀ। ਚੁਰਾਉਂਦੇ ਹੋਏ ਦੁਕਾਨ ਦੇ ਨੌਕਰ ਨੇ ਵੇਖ ਲਿਆ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤੇ ਚੰਗੀ ਤਰ੍ਹਾਂ ਇਸ ਦੀ ਕੁੱਟਮਾਰ ਕੀਤੀ ਗਈ। 4 ਚਾਕਲੇਟਾਂ ਚੁਰਾਉਣ ਦੇ ਚੱਕਰ 'ਚ ਦੇਖੋ ਇਸ ਨੌਜਵਾਨ ਦਾ ਕੀ ਹਾਲ ਹੋ ਗਿਆ। ਇਹ ਪੂਰੇ ਪੰਜਾਬ ਭਰ ਦੇ ਵਿੱਚ ਚਿੱਟਾ ਸਿਉਂਕ ਵਾਂਗੂ ਨੌਜਵਾਨੀ ਨੂੰ ਖਾ ਰਿਹਾ, ਇਹ ਸਿਉਂਕ ਵਾਂਗੂ ਲੱਗ ਗਿਆ ਇਹ ਜਵਾਨੀ ਨੂੰ। ਤੇ ਦੇਖ ਹੀ ਸਕਦੇ ਹੋ ਨੌਜਵਾਨ ਮੁੰਡਾ, ਇਸ ਦੇ ਜੇਬ ਦੇ ਵਿੱਚੋਂ ਟੀਕਾ ਬਰਾਮਦ ਹੋਇਆ ਏ, ਨਸ਼ਾ ਬਰਾਮਦ ਹੋਇਆ ਏ। ਨਸ਼ਾ ਕਰਨ ਤੋਂ ਬਾਅਦ ਇਸ ਨੂੰ ਚੋਕਲੇਟ ਖਾਣ ਦੀ, ਮਿੱਠਾ ਖਾਣ ਦੀ ਤਲਬ ਲੱਗੀ। ਇਸ ਨੇ ਚੋਕਲੇਟਾਂ ਚੁਰਾਈਆਂ ਤੇ ਫੜਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਸਜ਼ਾ ਵੀ ਮਿਲੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਅੰਮ੍ਰਿਤਸਰ ਦੇ ਨੋਵੈਲਟੀ ਸਵੀਟਸ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਚੋਕਲੇਟ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਰੀਗਰਾਂ ਦੇ ਵੱਲੋਂ ਕਾਬੂ ਕੀਤਾ ਗਿਆ ਏ। ਦੱਸ ਦਈਏ ਕਿ ਇਸ ਦੀ ਜੇਬਾਂ ਦੇ ਵਿੱਚੋਂ ਚੋਕਲੇਟ ਵੀ ਬਰਾਮਦ ਕਰ ਲਈ ਗਈ, ਜਿਹੜੀ ਇਸ ਨੇ ਦੁਕਾਨ ਤੋਂ ਚੁਰਾਈ ਸੀ। ਤਾਂ ਹੁਣ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਇਸ ਨੌਜਵਾਨ ਨੂੰ। ਕੀ ਕਹਿਣਾ ਚਾਹੋਗੇ ਇਸ ਨੌਜਵਾਨ ਤੇ, ਆਓ ਸੁਣਦੇ ਆ ਇਹ ਨੌਜਵਾਨ ਆਪਣੀ ਸਫਾਈ ਦੇ ਵਿੱਚ ਕੀ ਕਹਿ ਰਿਹਾ ਹੈ। ਨਸ਼ੇ ਦੀ ਤੌਰ ਦੇ ਵਿੱਚ ਕਰਕੇ ਸਰ, ਮੈਥੋਂ ਗਲਤੀ ਹੋਈ, ਨਸ਼ਾ ਦਵਾਈ ਕਿੰਨੀ ਦੇਰ ਤੋਂ ਦਵਾਈ ਮੇਰੀ 6-7 ਮਹੀਨੇ ਤੋਂ ਸਰ ਗਲਤੀ ਹੋਏ। ਪਹਿਲਾਂ ਮੈਂ ਕੰਮ ਕਾਰ ਕਰਦਾ ਸਰ ਜੀ। ਅੱਛਾ, ਗਲਤੀ ਕਿਹੜਾ ਕੰਮ ਕਰਦਾ ਸੀ ਪਹਿਲੇ? ਪਹਿਲਾਂ ਕੋਰੀਅਰ ਦਾ ਕੰਮ ਕਰਦਾ। ਲੱਗਦਾ ਕਿ ਟੀਕੇ ਲਾਣੇ ਜਾਇਜ਼ ਵਾ, ਜਵਾਨੀ ਮਿੱਟੀ ਹੋ ਗਈ ਤੁਹਾਡੀ। ਕੀ ਇਹਦੀ ਉਮਰ ਹੈ? ਉਮਰ ਤੇਰੀ ਛੋਟੀ ਜਿੰਨੀ ਹੈ। ਹੁਣ ਕਿੰਨੀ ਬਦਨਾਮੀ ਹੋਣੀ ਹੈ? ਕੱਲ੍ਹ ਗਲਤੀ ਹੋ ਗਈ, ਕੋਈ ਨਹੀਂ ਕਹਿ ਸਕਦਾ ਜੀ। ਇਹ ਅਸੀਂ ਹੁਣ ਇੱਥੇ ਡਿਊਟੀ 'ਤੇ ਖੜ੍ਹੇ ਹਾਂ, ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ, SI, ਅਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ, ਉਹ ਕਹਿੰਦਾ ਕਿ ਕੋਈ ਚੋਰ ਫੜਿਆ ਅਸੀਂ, ਅਤੇ ਅਸੀਂ ਫਿਰ ਉੱਥੇ ਮੌਕੇ 'ਤੇ ਗਏ ਹਾਂ ਅਤੇ ਵੇਖਿਆ ਅਤੇ ਇਹਨੂੰ ਫੜ ਕੇ ਰੱਖਿਆ ਅਸੀਂ ਉਹਨਾਂ, ਅਤੇ ਇਹ ਕਹਿੰਦਾ ਕਿ ਚੋਕਲੇਟਾਂ ਚੋਰੀ ਕੀਤੀਆਂ। ਕਿੰਨੀਆਂ? 3-4 ਚੋਕਲੇਟਾਂ ਕਹਿੰਦਾ ਚੋਰੀ ਕੀਤੀਆਂ, ਅਤੇ ਆਹ ਵੇਖੋ ਇਹ ਟੀਕਾ ਵੀ ਇਸ ਤੋਂ ਬਰਾਮਦ ਹੋਇਆ ਵਾ। ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ? ਹਾਂ, ਇਹ ਨਸ਼ੇ ਦੇ ਵਿੱਚ ਹੀ ਹੈ ਜੀ, ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜੇ। ਤੋੜ ਦੇ ਵਿੱਚ ਹੁਣ ਕੀ ਕਰਦੀ ਕਰਦੇ ਇਹ? ਹੁਣ ਜੀ ਥਾਣੇ ਫੋਨ ਕੀਤਾ ਸੀ ਬੋਲਣ, ਅਤੇ ਉੱਥੋਂ ਆਉਂਦੇ ਮੁਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਨੀ। ਫਿਰ ਨਸ਼ੇ ਤੋਂ ਬਾਅਦ ਇਸ ਸ਼ਖਸ ਨੂੰ ਮਿੱਠੇ ਦੀ ਤਲਬ ਲੱਗੀ ਤਾਂ ਇਸਨੇ ਚੁਰਾ ਲਈਆਂ ਚਾਕਲੇਟਾਂ। ਡੱਬੇ ਦੇ ਵਿੱਚ ਸਿਰਫ 4 ਚਾਕਲੇਟਾਂ ਸੀ। ਚੁਰਾਉਂਦੇ ਹੋਏ ਦੁਕਾਨ ਦੇ ਨੌਕਰ ਨੇ ਵੇਖ ਲਿਆ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤੇ ਚੰਗੀ ਤਰ੍ਹਾਂ ਇਸ ਦੀ ਕੁੱਟਮਾਰ ਕੀਤੀ ਗਈ। 4 ਚੋਕਲੇਟਾਂ ਚੁਰਾਉਣ ਦੇ ਚੱਕਰ 'ਚ ਦੇਖੋ ਇਸ ਨੌਜਵਾਨ ਦਾ ਕੀ ਹਾਲ ਹੋ ਗਿਆ। ਇਹ ਪੂਰੇ ਪੰਜਾਬ ਭਰ ਦੇ ਵਿੱਚ ਚਿੱਟਾ ਸਿਉਂਕ ਵਾਂਗੂ ਨੌਜਵਾਨੀ ਨੂੰ ਖਾ ਰਿਹਾ, ਇਹ ਸਿਉਂਕ ਵਾਂਗੂ ਲੱਗ ਗਿਆ ਇਹ ਜਵਾਨੀ ਨੂੰ। ਤੇ ਦੇਖ ਹੀ ਸਕਦੇ ਹੋ ਨੌਜਵਾਨ ਮੁੰਡਾ, ਇਸ ਦੇ ਜੇਬ ਦੇ ਵਿੱਚੋਂ ਟੀਕਾ ਬਰਾਮਦ ਹੋਇਆ ਏ, ਨਸ਼ਾ ਬਰਾਮਦ ਹੋਇਆ ਏ। ਨਸ਼ਾ ਕਰਨ ਤੋਂ ਬਾਅਦ ਇਸ ਨੂੰ ਚੋਕਲੇਟ ਖਾਣ ਦੀ, ਮਿੱਠਾ ਖਾਣ ਦੀ ਤਲਬ ਲੱਗੀ। ਇਸ ਨੇ ਚੋਕਲੇਟਾਂ ਚੁਰਾਈਆਂ ਤੇ ਫੜਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਸਜ਼ਾ ਵੀ ਮਿਲੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਅੰਮ੍ਰਿਤਸਰ ਦੇ ਨੋਵੈਲਟੀ ਸਵੀਟਸ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਚੋਕਲੇਟ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਰੀਗਰਾਂ ਦੇ ਵੱਲੋਂ ਕਾਬੂ ਕੀਤਾ ਗਿਆ ਏ। ਦੱਸ ਦਈਏ ਕਿ ਇਸ ਦੀ ਜੇਬਾਂ ਦੇ ਵਿੱਚੋਂ ਚੋਕਲੇਟ ਵੀ ਬਰਾਮਦ ਕਰ ਲਈ ਗਈ, ਜਿਹੜੀ ਇਸ ਨੇ ਦੁਕਾਨ ਤੋਂ ਚੁਰਾਈ ਸੀ। ਤਾਂ ਹੁਣ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਇਸ ਨੌਜਵਾਨ ਨੂੰ। ਕੀ ਕਹਿਣਾ ਚਾਹੋਗੇ ਇਸ ਨੌਜਵਾਨ ਤੇ, ਆਓ ਸੁਣਦੇ ਆ ਇਹ ਨੌਜਵਾਨ ਆਪਣੀ ਸਫਾਈ ਦੇ ਵਿੱਚ ਕੀ ਕਹਿ ਰਿਹਾ ਹੈ।
ਮੈਂ ਨਸ਼ੇ ਦੀ ਤੋੜ ਚ ਸੀ ਸਰ, ਮੈਂ ਉੱਚੀ ਬੋਲੋ, ਨਸ਼ੇ ਦੀ ਤੋੜ ਚ ਸੀ ਸਰ, ਮੈਂ ਨਾ ਚੋਕਲੇਟਾਂ ਲਿੱਤੀਆਂ, ਮੈਂ ਦੌੜ ਗਿਆ ਦੇਖ ਕੇ ਜੀ ਉਹਨਾਂ ਨੂੰ। ਅੱਛਾ, ਕਿੰਨੀਆਂ ਚੋਕਲੇਟ ਡੱਬਾ ਸੀ ਵੱਡਾ? ਨਹੀਂ ਨਹੀਂ ਸਰ, 3-4 ਚੋਕਲੇਟਾਂ। 3-4 ਚੋਕਲੇਟਾਂ? ਹਾਂਜੀ। ਜਵਾਨੀ ਮਿੱਟੀ ਹੋ ਗਈ, ਉਮਰ ਤੇਰੀ ਛੋਟੀ ਜਿੰਨੀ ਹੈ, ਹੁਣ ਕਿੰਨੀ ਬਦਨਾਮੀ ਹੋਣੀ ਹੈ? ਡਿਊਟੀ ਤੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ, ਇਸ ਵਾਰ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ, ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ, ਅਸੀਂ ਫਿਰ ਉੱਥੇ ਮੌਕੇ 'ਤੇ ਗਏ ਹਾਂ ਅਤੇ ਵੇਖਿਆ ਅਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ, ਅਤੇ ਇਹ ਕਹਿੰਦਾ ਕਿ ਚੋਕਲੇਟਾਂ ਚੋਰੀ ਕੀਤੀਆਂ। ਕਿੰਨੀਆਂ? 3-4 ਚੋਕਲੇਟਾਂ ਕਹਿੰਦਾ ਚੋਰੀ ਕੀਤੀਆਂ, ਅਤੇ ਆਹ ਵੇਖੋ ਇਹ ਟੀਕਾ ਵੀ ਇਸ ਤੋਂ ਬਰਾਮਦ ਹੋਇਆ ਵਾ, ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ। ਹਾਂ, ਇਹ ਨਸ਼ੇ ਦੇ ਵਿੱਚ ਹੀ ਆ ਜੀ, ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ 'ਚ ਜੀ। ਤੋੜ ਦੇ ਵਿੱਚ ਹੁਣ ਕੀ ਕਰਦੇ? ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੋਲਣ, ਅਤੇ ਉੱਥੋਂ ਆਉਂਦੇ ਮੁਲਾਜ਼ਮ, ਅਗਲੀ ਕਾਰਵਾਈ ਉਹਨਾਂ ਕਰਨੀ ਫਿਰ।